ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਨਾਮ ਸਿੰਘ ਸ਼ਾਹਬਾਦ ਮਾਰਕੰਡਾ ਨਾਨਕਸਰ ਝਰੋਲੀ ਵਿਖੇ ਕੀਰਤਨ ਦੀ ਡਿਊਟੀ ਕਰ ਰਹੇ ਹਾਂ ਅਤੇ ਬੇਨਤੀ ਅੱਜ ਕਾਪ ਜੀ ਨਾਲ ਕਰਨੀ ਸੀ ਸਾਂਝੀ ਸੰਗਤ ਦੇ ਨਾਲ। ਕੱਲ੍ਹ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਹੋਈ ਜੋ ਕਿ ਪੇਸ਼ੇ ਵਜੋਂ ਪ੍ਰੋਫੈਸਰ ਔਰਤ ਅਤੇ ਉਹਦੀ ਲੜਕੀ ਦੋਨਾਂ ਦਾ ਬੜੀ ਬੇਰਹਿਮੀ ਨਾਲ ਰੇਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ। ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਕੰਮ ਜਿਹੜਾ ਹੈ ਬਹੁਤ ਵੱਡੇ ਪੱਧਰ 'ਤੇ ਚੱਲ ਪਿਆ। ਪਹਿਲਾਂ ਯੂਪੀ ਦੇ ਵਿੱਚ ਬੜਾ ਜ਼ਿਆਦਾ ਚੱਲਿਆ ਸੀ, ਦੂਜਿਆਂ ਸੂਬਿਆਂ ਵਿੱਚ, ਹੁਣ ਪੰਜਾਬ ਜਿਹੜੀ ਇਹ ਪਾਵਨ ਪਵਿੱਤਰ ਧਰਤੀ, ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਜਿਹਨੂੰ ਖੁਦ ਗੁਰੂ ਸਾਹਿਬਾਨ ਨੇ ਵਸਾਇਆ, ਉਹ ਸ਼ਹਿਰ ਅੰਮ੍ਰਿਤਸਰ, ਉੱਥੇ ਵੀ ਇਹ ਕਾਰਨਾਮਾ ਹੋਇਆ। ਅਤੇ ਇਹ ਦੱਸੋ ਵੀ ਅੱਜ ਦੇ ਟਾਈਮ ਵਿੱਚ ਲੋਕ ਦਾਜ ਦੇਣੋਂ ਨਹੀਂ ਡਰਦੇ। ਇਹ ਨਹੀਂ ਵੀ ਲੋਕ ਤਾਂ ਕੁੜੀ ਨਹੀਂ ਜੰਮਣਾ ਚਾਹੁੰਦੇ, ਧੀ ਨਹੀਂ ਜੰਮਣਾ ਚਾਹੁੰਦੇ, ਵੀ ਦਾਜ ਦੇਣੋਂ ਡਰਦੇ ਨੇ। ਮਾਂ ਪਿਓ ਜਿਹੜਾ ਹੈ, ਬਾਪੂ ਜਿਹੜਾ ਹੁੰਦਾ ਨਾ ਧੀ ਦਾ, ਉਹ ਆਪਦੀ ਧੀ ਵਾਸਤੇ ਸਭ ਕੁਝ ਕਰਦਾ ਹੈ, ਦਾਜ ਦਿੰਦਾ ਹੈ ਉਹ। ਪਰ ਅੱਜ ਦੇ ਟਾਈਮ 'ਚ ਜੇ ਧੀਆਂ ਜੰਮਣ ਤੋਂ ਲੋਕ ਡਰਦੇ ਨੇ ਤਾਂ ਉਹਦਾ ਮੇਨ ਕਾਰਨ ਇਹੀ ਹੈ ਵੀ ਇੱਕ ਧੀਆਂ ਜਿਹੜੀਆਂ ਨੇ ਇਹ ਅੱਜ ਦੇ ਸਮਾਜ ਵਿੱਚ ਸੇਫ ਨਹੀਂ ਹੈਗੀਆਂ। ਕਈ ਤਾਂ ਮੇਰੇ ਵੀਰ ਜਿਹੜੇ ਇਹੋ ਜਿਹੇ ਨੇ, ਦਸਤਾਰਾਂ ਸਿਰ 'ਤੇ ਬੱਝੀਆਂ ਹੁੰਦੀਆਂ ਨੇ, ਉਹ ਵੀ ਗਲਤ ਕੰਮ ਕਰਦੇ ਨੇ। ਥੋੜ੍ਹੇ ਦਿਨ ਪਹਿਲਾਂ ਦੀ ਗੱਲ, ਇੱਕ ਮੁੰਡੇ ਨੇ ਨਾ ਮੈਨੂੰ, ਨਾਲ ਦੇ ਇੱਕ ਮੁੰਡੇ ਨੇ ਵਿਖਾਇਆ ਵੀ ਉਹਨਾਂ ਦੇ ਕਿਸੇ ਕੋਈ ਗਰੁੱਪ ਸੀ ਅਤੇ ਗਰੁੱਪ ਦੇ ਵਿੱਚ ਕਿਸੇ ਨੇ ਫੋਟੋਆਂ ਪਾ ਦਿੱਤੀਆਂ, ਉਹਦੀ ਕੋਈ ਕੁੜੀ ਸਹੇਲੀ ਹੋਏਗੀ, ਉਹਦੇ ਨਾਲ ਆਪੱਤੀਜਨਕ ਹਾਲਤ ਵਿੱਚ ਜਿਹੜੀਆਂ ਫੋਟੋਆਂ ਸਨ, ਉਹ ਪ੍ਰਾਈਵੇਟ ਫੋਟੋਆਂ ਜਿਹੜੀਆਂ ਸਨ ਉਹ ਗਰੁੱਪ ਦੇ ਵਿੱਚ ਪਾ ਦਿੱਤੀਆਂ, ਵੀ ਦੱਸੋ ਉਹ ਜਿਹੜੀ ਕੁੜੀ ਹੈ। ਪਹਿਲੀ ਗੱਲ ਤਾਂ ਇਹ ਮੈਂ ਕੁੜੀਆਂ ਨੂੰ ਵੀ ਬੇਨਤੀ ਕਰਾਂਗਾ, ਭੈਣਾਂ ਨੂੰ ਵੀ ਬੇਨਤੀ ਕਰਾਂਗਾ ਵੀ ਜਿਹੜੇ ਇਹੋ ਜਿਹੇ ਪਿਆਰ ਨੇ, ਇਹ ਕੋਈ ਪਿਆਰ ਪੂਰ ਨਹੀਂ ਹੈ, ਅੱਜ ਕੱਲ੍ਹ ਸਿਰਫ਼ ਜਿਸਮੀ ਪਿਆਰ ਨੇ। ਇਸ ਕਰਕੇ ਉਹਦੇ ਮਾਂ ਪਿਓ ਨਾਲ ਪਿਆਰ ਕਰੋ, ਇਹ ਜੇ ਇਹਨਾਂ ਚੱਕਰਾਂ 'ਚ ਨਾ ਪਾਓ। ਇਹਨਾਂ ਦਾ ਨਿੱਤ ਨਵਾਂ ਕੰਮ ਹੁੰਦਾ, ਇਹ ਅੱਜ ਫੋਟੋਆਂ ਪਾ ਕੇ ਫਿਰ ਬਲੈਕਮੇਲ ਕਰਦੇ ਨੇ। ਅਤੇ ਉਹ ਜਿਹੜੇ ਮੁੰਡੇ ਨੌਜਵਾਨ ਨੇ, ਉਹ ਇੱਕ ਗੱਲ ਯਾਦ ਰੱਖਣ ਵੀ ਜੇ ਤੁਸੀਂ ਮੰਨ ਲਓ ਕਿਸੇ ਕੁੜੀ ਨਾਲ ਗਲਤ ਕਰ ਰਹੇ ਜੇ ਤੁਸੀਂ ਉਹਦੀਆਂ ਫੋਟੋਆਂ ਖਿੱਚ ਰਹੇ ਜੇ, ਉਹਦੀਆਂ ਫੋਟੋਆਂ ਵਾਇਰਲ ਕਰ ਰਹੇ ਜੇ, ਵੀਡੀਓ ਬਣਾ ਰਹੇ ਜੇ, ਅਤੇ ਮੰਨ ਲਓ ਵੀ ਕੱਲ੍ਹ ਨੂੰ ਮੰਨ ਲਓ ਫਿਰ ਉਹ ਕਮਾਲ ਦੀ ਗੱਲ ਵੇਖੋ ਵੀ ਉਹ ਜਿਹੜਾ ਮੁੰਡਾ ਹੈ ਨਾ, ਜਿਹਨੇ ਫੋਟੋਆਂ ਪਾਈਆਂ, ਜਿਹਨੇ ਸ਼ੇਅਰ ਕੀਤੀਆਂ, ਮੈਂ ਉਹ ਨੰਬਰ 'ਤੇ ਫੋਨ ਕੀਤਾ ਅਤੇ ਮੈਂ ਕਹਿਣ ਲੱਗਾ ਵੀ ਤੂੰ ਇਹ ਗਲਤ ਕੀਤਾ ਕੰਮ, ਅਤੇ ਕਹਿਣ ਲੱਗਾ ਨਹੀਂ ਜੀ ਮੈਂ ਸ਼ੇਅਰ ਕੀਤੀਆਂ ਨੇ ਸਿਰਫ, ਮੈਂ ਪਾਈਆਂ ਨਹੀਂ। ਮੈਂ ਕਿਹਾ ਵੀ ਤੂੰ ਸ਼ੇਅਰ ਕਿਉਂ ਕੀਤੀਆਂ, ਕਹਿਣ ਲੱਗਾ ਮੈਂ ਵਟਸਐਪ ਕਾਹਦੇ ਲਈ ਚਲਾਉਣਾ, ਦੱਸੋ ਵੀ ਵਟਸਐਪ ਬਣਾਉਣ ਵਾਲੇ ਨੇ ਵਟਸਐਪ ਇਸ ਕੰਮ ਲਈ ਬਣਾਇਆ ਸੀ। ਗੱਲ ਸੁਣੋ ਤੁਸੀਂ, ਕਹਿਣ ਲੱਗਾ ਵੀ ਵਟਸਐਪ ਮੈਂ ਕਾਹਦੇ ਲਈ ਚਲਾਉਣਾ। ਮੈਂ ਉਹਨੂੰ ਆਖਿਆ ਵੀ ਤੂੰ ਵਟਸਐਪ ਇਸ ਕੰਮ ਲਈ ਚਲਾਉਣਾ, ਮੈਂ ਤੈਨੂੰ ਸ਼ਰਮ ਨਹੀਂ ਆਏ? ਅਤੇ ਕਹਿੰਦਾ ਨਹੀਂ ਸ਼ਰਮ, ਮੈਂ ਰੋਟੀ ਨਾ ਖਾ ਗਿਆ। ਹੈ ਤਾਂ ਪੰਜਾਬੀ ਸੀ ਨਾ, ਉਹ ਵੀ ਗੁਰਦੁਆਰੇ ਵੀ ਜਾਂਦਾ ਹੋਏਗਾ, ਭੱਜ ਭੱਜ ਲੰਗਰ ਵੀ ਵਰਤਾਉਂਦਾ ਹੈ ਸ਼ਾਇਦ ਕਿਸੇ ਲੰਗਰ 'ਚ, ਵੀ ਦੱਸੋ ਵੀ ਉਹ ਬੰਦੇ ਦੇ ਘਰ ਬੰਦੇ ਨੂੰ ਕਿਤੇ ਸੇਵਾ ਕਰਨ ਦਾ ਜਾਂ ਕੋਈ ਕਿਤੇ ਗੁਰਦੁਆਰਾ ਸਾਹਿਬ ਜਾਣ ਦਾ ਕੋਈ ਫਾਇਦਾ ਆਏਗਾ? ਇਹ ਕਾਨੇ ਦਾ ਵੀ ਫਾਇਦਾ ਨਹੀਂ ਆਉਂਦਾ। ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਖਿਲਵਾੜ ਕਰਨਾ ਅਤੇ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਰੋਲਣਾ ਕਿੱਡੀ ਕੁ ਸਿਆਣਪ ਹੈ। ਫਿਰ ਮੈਂ ਉਹਨੂੰ ਮੇਰੇ ਨਾਲ ਲੜਨ ਲੱਗ ਪਿਆ ਵੀ ਮੈਂ ਕਿਹੜੀਆਂ ਫੋਟੋਆਂ ਪਾਈਆਂ ਨੇ, ਮੈਂ ਤਾਂ ਸ਼ੇਅਰ ਕੀਤੀਆਂ ਨੇ। ਮੈਂ ਉਹਨੂੰ ਇੰਨੀ ਗੱਲ ਆਖੀ ਵੀ ਤੇਰੇ ਘਰੇ ਧੀ ਭੈਣ ਨਹੀਂ ਹੈ, ਜਿਨ੍ਹਾਂ ਦੇ ਘਰੇ ਧੀਆਂ ਭੈਣਾਂ ਹੁੰਦੀਆਂ ਨੇ ਉਹ ਇਹੋ ਜਿਹੇ ਕੰਮ ਨਹੀਂ ਕਰਦੇ, ਉਹ ਡਰਦੇ ਨੇ ਰੱਬ ਤੋਂ। ਕਹਿਣ ਲੱਗਾ ਨਾ ਮੇਰੀ ਕੋਈ ਭੈਣ ਹੀ ਨਹੀਂ ਹੈ। ਬੜਾ ਬੇਸ਼ਰਮ ਸੀ। ਮੈਂ ਕਿਹਾ ਵੀ ਮੰਨ ਲਓ ਕੱਲ੍ਹ ਨੂੰ ਤੇਰੇ ਘਰੇ ਧੀ ਜੰਮ ਪਵੇ ਤਾਂ ਫਿਰ ਤੇਰੀ ਮਾਤਾ ਆਏਗੀ ਟਿਕਾਣੇ। ਵੇਖੋ ਜਿੰਨੇ ਵੀ ਨੇ ਇਸ ਵੀਡੀਓ ਨੂੰ ਜਿਹੜਾ ਸੁਣੇ ਉਹ ਸ਼ੇਅਰ ਜ਼ਰੂਰ ਕਰੇ, ਅਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਨੌਜਵਾਨ ਵੀਰ ਜਿਹੜੇ ਨੇ, ਜੇ ਮੰਨ ਲਓ ਕਿਸੇ ਲੜਕੀ ਦੇ ਨਾਲ ਤੁਹਾਡਾ ਰਿਲੇਸ਼ਨ ਹੈ, ਤੁਹਾਡਾ ਸੰਬੰਧ ਹੈ, ਅਤੇ ਕਿਰਪਾ ਕਰਕੇ ਉਹਨਾਂ ਦੀਆਂ ਜੇ ਉਹਨਾਂ ਨਾਲ ਫੋਟੋਆਂ ਖਿਚਾ ਕੇ, ਵੈਸੇ ਵੀ ਉਹਨਾਂ ਦੇ ਨਾਲ ਫੋਟੋ ਖਿਚਾ ਕੇ ਉਸ ਫੋਟੋ ਨੂੰ ਵਾਇਰਲ ਨਾ ਕਰੋ। ਹੋ ਸਕਦਾ ਉਸ ਫੋਟੋ ਨੂੰ ਉਹਦਾ ਕੁੜੀ ਦਾ ਪਿਓ ਵੇਖੇ, ਕੁੜੀ ਦਾ ਭਰਾ ਵੇਖੇ, ਕੁੜੀ ਵੇਖੇ, ਉਹ ਸੁਸਾਈਡ ਕਰਨ, ਉਹਨਾਂ ਦਾ ਘਰ ਉੱਜੜ ਗਿਆ, ਉਹਨਾਂ ਦੀ ਦੁਨੀਆ ਉੱਜੜ ਗਈ। ਫਿਰ ਇਹ ਜਿਹੜੇ ਬਲਾਤਕਾਰ ਵਰਗੇ, ਰੇਪ ਵਰਗੇ ਕੰਮ ਪੰਜਾਬ ਦੀ ਧਰਤੀ 'ਤੇ ਹੋਣ ਲੱਗ ਪਏ ਨੇ, ਤਾਂ ਬਹੁਤ ਦੁਖਦਾਈ ਘਟਨਾ ਹੈ। ਇਹਦਾ ਕਾਰਨ ਕੀ ਹੈ? ਅਸੀਂ ਆਪਣੇ ਵਿਰਸੇ ਤੋਂ ਪਿੱਛੇ ਚਲੇ। ਕਿੱਥੇ ਗੁਰੂ ਦੇ ਸਿੱਖ? ਅਨੰਦਪੁਰ ਸਾਹਿਬ ਵਿੱਚ
ਸਿੱਖਾਂ ਨੇ ਇੱਕ ਪਿੰਡ 'ਤੇ ਹਮਲਾ ਕੀਤਾ। ਪਠਾਨਾਂ ਦਾ ਪਿੰਡ ਸੀ, ਉਹ ਬੜਾ ਸੰਗਤ ਨੂੰ ਤੰਗ ਕਰਦੇ ਸਨ। ਪਠਾਨਾਂ ਦੇ ਪਿੰਡ 'ਤੇ ਸਿੱਖਾਂ ਨੇ ਹਮਲਾ ਕੀਤਾ, ਪਠਾਨ ਨੱਸ ਗਏ। ਉੱਥੇ ਇੱਕ ਡੋਲਾ ਰਹਿ ਗਿਆ, ਉਹ ਡੋਲਾ ਰਹਿ ਗਿਆ ਅਤੇ ਡੋਲੇ ਦੇ ਗੁਰੂ ਦੇ ਸਿੱਖ ਜਿਹੜੇ ਸਨ ਉਹ ਡੋਲਾ ਚੁੱਕ ਕੇ ਲੈ ਆਏ ਗੁਰੂ ਸਾਹਿਬ ਦੇ ਕੋਲ। ਸਿੱਖਾਂ ਨੇ ਗੁਰੂ ਸਾਹਿਬ ਨੇ ਪੁੱਛਿਆ, ਸਤਿਗੁਰੂ ਜੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਸ ਡੋਲੇ ਵਿੱਚ ਕੀ ਹੈ? ਹਜ਼ੂਰ ਸੱਚੇ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਨਹੀਂ ਵੇਖਿਆ, ਤੁਸੀਂ ਆਪ ਹੀ ਕਿਰਪਾ ਕਰਕੇ ਪਰਦਾ ਚੱਕੋ। ਹਜ਼ੂਰ ਨੇ ਵੀ ਤੀਰ ਨਾਲ ਪਰਦਾ ਚੱਕਿਆ, ਤੀਰ ਨਾਲ ਪਰਦਾ ਚੱਕਿਆ। ਉਹਦੇ ਵਿੱਚ ਬੜੀ ਖੂਬਸੂਰਤ ਨੌਜਵਾਨ ਲੜਕੀ ਸੀ। ਗੁਰੂ ਸਾਹਿਬ ਨੇ ਆਖਿਆ ਵੀ ਇਹਨੂੰ ਮਹਿਲਾਂ ਵਿੱਚ ਲੈ ਜਾਓ, ਗੁਰੂ ਕੇ ਮਹਿਲਾਂ ਵਿੱਚ ਜਿੱਥੇ ਮਾਤਾਵਾਂ ਰਹਿੰਦੀਆਂ ਸਨ, ਸਾਡੇ ਸਤਿਕਾਰਯੋਗ ਮਾਤਾ ਜੀਤੋ ਜੀ, ਮਾਤਾ ਸਾਹਿਬ ਕੌਰ, ਜਿੱਥੇ ਮਾਤਾਵਾਂ ਰਹਿੰਦੀਆਂ ਸਨ ਉੱਥੇ ਲੈ ਗਏ। ਅਤੇ ਬਾਅਦ ਵਿੱਚ ਉਹਦੇ ਪਿਓ ਨੂੰ ਸੁਨੇਹਾ ਘੱਲਿਆ, ਉਹਦੇ ਬਾਪੂ ਨੂੰ, ਉਹਦਾ ਬਾਪੂ ਜਿਹੜਾ ਮੁਸਲਮਾਨ ਪਠਾਨ ਸੀ ਉਹ ਆਇਆ ਅਤੇ ਗੁਰੂ ਸਾਹਿਬ ਨੇ ਉਹਨੂੰ ਨਾਲ ਹਾਥੀ ਘੋੜੇ ਦੇ ਕੇ ਤੋਰਿਆ, ਜਿਵੇਂ ਧੀ ਤੋਰੀ ਦੀ ਏ, ਉਹਨੂੰ ਬਹੁਤ ਸਮਾਨ ਕੀਮਤੀ ਦੇ ਕੇ ਤੋਰਿਆ। ਅਤੇ ਉਹਨੇ ਜਾ ਕੇ ਆਪਣੇ ਬਾਪੂ ਨੂੰ ਕਿਹਾ ਵੀ ਗੁਰੂ ਗੋਬਿੰਦ ਸਿੰਘ ਨਾਲ ਤੂੰ ਐਵੇਂ ਵੈਰ ਲੈਂਦਾ ਫਿਰਨਾ ਹੈ, ਗੁਰੂ ਗੋਬਿੰਦ ਸਿੰਘ ਵਰਗਾ ਤਾਂ ਦੁਨੀਆਂ 'ਤੇ ਕੋਈ ਹੋਰ ਹੈ ਹੀ ਨਹੀਂ। ਇਹੋ ਜਿਹਾ ਸਾਡਾ ਕਿਰਦਾਰ ਉੱਚਾ ਹੋਣਾ ਚਾਹੀਦਾ। ਦਸਤਾਰ ਜਿਹੜੀ ਹੈ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ। ਇਸ ਲਈ ਮੈਂ, ਹਾਂ ਠੀਕ ਹੈ, ਕਈ ਮੇਰੇ ਵੀਰ ਇਹ ਜੇ ਬਹੁਤ ਨੇ ਜਿਨ੍ਹਾਂ ਨੇ ਇਸ ਪੱਗ ਨੂੰ ਬਹੁਤ ਉੱਚਾ ਲੈ ਕੇ ਗਏ ਨੇ, ਜਿਨ੍ਹਾਂ ਦਾ ਕਿਰਦਾਰ ਅਜੇ ਵੀ ਬਹੁਤ ਉੱਚਾ ਹੈ, ਪਰ ਬਹੁਤ ਇਹ ਜੇ ਵੀ ਨੇ ਜਿਹੜੇ ਮੇਰੇ ਵੀਰ ਗਲਤ ਕਰ ਰਹੇ ਨੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ ਵੀ ਇਹ ਆਪ ਤੁਸੀਂ ਸੋਚੋ ਮਾੜਾ ਜਿਹਾ ਵੀ ਅਸੀਂ ਗੁਰੂਆਂ ਪੀਰਾਂ ਦੀ ਧਰਤੀ 'ਤੇ ਇਹ ਕੀ ਕਰ ਰਹੇ ਹਾਂ, ਉਹ ਸਾਡੇ ਵਾਸਤੇ ਗਲਤ ਹੈ। ਜਿਹੜਾ ਬੰਦਾ ਇਹੋ ਜਿਹੇ ਕੰਮ ਕਰ ਰਿਹਾ ਹੈ ਉਹ ਜੋ ਮਰਜ਼ੀ ਕੀਤੀ ਜਾਏ ਉਹਦਾ ਕਿਤੇ ਭਲਾ ਨਹੀਂ ਹੋਣ ਲੱਗਾ, ਉਹਨੂੰ ਤਾਂ ਲੇਖਾ ਦੇਣਾ ਹੀ ਪਏਗਾ। ਇਸ ਲਈ ਮੇਰੀ ਇਹ ਅੱਜ ਦੀ ਇਹ ਵੀਡੀਓ ਜਿਹੜੀ ਮੈਂ ਬਣਾ ਰਿਹਾ, ਇਹਨੂੰ ਸ਼ੇਅਰ ਜ਼ਰੂਰ ਕਰਿਆ ਜੇ। ਪੰਜਾਬ ਦੀ ਧਰਤੀ 'ਤੇ ਜਿਹੜਾ ਬਾਹਰੋਂ ਦੁਸ਼ਮਣ ਆਉਂਦਾ ਸੀ, ਧੀਆਂ ਭੈਣਾਂ ਹਿੰਦੁਸਤਾਨ ਦੀਆਂ ਬੰਨ ਕੇ ਲੈ ਜਾਂਦਾ ਸੀ, ਅਤੇ ਪੰਜਾਬ ਦੀ ਧਰਤੀ ਦੇ ਲੋਕ ਉਹ ਜਾ ਕੇ ਧੀਆਂ ਨੂੰ ਛਡਾ ਕੇ ਘਰੋਂ ਘਰੀ ਛੱਡ ਕੇ ਆਉਂਦੇ ਸਨ, ਅਤੇ ਅੱਜ ਉਸੇ ਪੰਜਾਬ ਦੀ ਧਰਤੀ 'ਤੇ ਰੇਪ ਹੋਣ ਲੱਗ ਪਏ ਨੇ, ਕਿਤੇ ਛੋਟੀਆਂ ਛੋਟੀਆਂ ਬੱਚੀਆਂ ਨਾਲ ਰੇਪ ਹੋਣ ਲੱਗ ਪਏ ਨੇ। ਦੱਸੋ, ਕੱਲ੍ਹ ਦੀ ਗੱਲ ਹੈ, ਮੈਂ ਇਹ ਵੀ ਖਬਰ ਪੜ੍ਹੀ ਵੀ ਇੱਕ ਅਧਿਆਪਕ ਮਾਸਟਰ ਦੋ ਮਾਸਟਰਾਂ ਨੇ 11ਵੀਂ ਦੀ ਵਿਦਿਆਰਥਣ ਨਾਲ ਰੇਪ ਕੀਤਾ। ਕਿ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਏ? ਚਲੋ, ਗੁਰੂ ਸਾਹਿਬ, ਮੈਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਇਹੀ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਸੁਮਤ ਬਖਸ਼ਣ। ਪਰ ਤੁਸੀਂ ਵੀ ਇਸ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਅਤੇ ਦੱਸਿਆ ਜੇ ਕਿ ਵਿਚਾਰ ਮੇਰੇ ਸਹੀ ਨੇ ਜਾਂ ਗਲਤ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।